ਸਤਿ ਜੀ ਰੀ ਗੱਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਗੱਲ ਕਰਾਂਗੇ ਆਪਾਂ ਅੱਜ ਤੋਂ ਲੈ ਕੇ 15 ਜਨਵਰੀ ਤੱਕ ਦੇ ਮੌਸਮ ਕੀ ਇਹਨਾਂ ਲਗਭਗ 5 ਕਿ ਦਿਨਾਂ ਦੇ ਵਿੱਚ ਕੀ ਮੌਸਮ ਦੀ ਹਲਚਲ ਪੰਜਾਬ ਵਿੱਚ ਹੈ ਅਗਲਾ ਜਿਹੜਾ ਟਕੜਾ ਸਿਸਟਮ ਆ ਰਿਹਾ ਉਹਦੇ ਸਬੰਧਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਦਿਨ ਕਦੋਂ ਕਿਹੜੇ ਹਿੱਸਿਆਂ ਦੇ ਵਿੱਚ ਮੀਂਹ ਦਾ ਅਸਰ ਜ਼ਿਆਦਾ ਬਣ ਸਕਦੇ ਨੇ ਸੋ ਪਹਿਲਾਂ ਗੱਲ ਕਰੀਏ ਜੇਕਰ ਆਪਾਂ 10 ਜਨਵਰੀ ਮੌਸਮ ਠੀਕਠਾਕ ਰਹੂਗਾ ਖੁਸ਼ਕ ਰਹੂਗਾ ਤੁੰਦਲਾ ਮਾਹੌਲ ਪਿਛਲੇ ਦਿਨਾਂ ਇਤਨਾ ਬਣਿਆ ਰਹੂਗਾ ਠੰਡ ਬਰਕਰਾਰ ਰਹੇਗੀ 11 ਤਰੀਕ ਤੋਂ ਮੌਸਮ ਦੇ ਵਿੱਚ ਹਲਚਲ ਸ਼ੁਰੂ ਹੋ ਜਾਵੇਗੀ ਪਰ ਜਿਹੜਾ ਇਹ ਸਿਸਟਮ ਜਿਵੇਂ ਤੱਕ ਦਿਖ ਰਹੇ ਹਾਂ ਤਾਜ਼ਾ ਸੈਟੇਲਾਈਟ ਤੇ ਵੀਰ ਤਸਵੀਰ ਤੇ ਜਿਹੜਾ ਪੱਛਮੀ ਪਾਸੇ ਬਹੁਤ ਤਕੜਾ ਜਿਹੜਾ ਸਿਸਟਮ ਹੈ ਇਹ ਲਗਭਗ 11 ਜਨਵਰੀ ਤੋਂ ਆਪਣਾ ਪ੍ਰਭਾਵ ਪੰਜਾਬ ਦੇ ਉੱਪਰ ਬੱਦਲ ਵਾਈ ਰੂਪ ਵਿੱਚ ਦਿਖਾਉਣਾ ਸ਼ੁਰੂ ਕਰੇਗਾ ਇਸ ਸਿਸਟਮ ਦੇ ਚੱਲਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫਵਾਰੀ ਹੈ ਜਿਹੜੀ ਇਸ ਸਰਦੀ ਰੁੱਤ ਸੋ ਪੰਜਾਬ ਦੀ ਗੱਲ ਕਰੀਏ ਮੈਦਾਨੀ ਭਾਗਾਂ ਵਿੱਚ ਮੀਂਹ ਦੀ ਤਾਂ ਲਗਭਗ ਆਪਾਂ ਨੂੰ 11 ਜਨਵਰੀ ਦੁਪਹਿਰ ਤੋਂ ਬਾਅਦ ਮੌਸਮ ਥੋੜਾ ਜਿਆਦਾ ਹੋਰ ਬਦਲਦਾ ਹੋਇਆ ਦੇਖਣ ਨੂੰ ਮਿਲੂਗਾ ਬੱਦਲਬਾਈ ਥੋੜੀ ਜੀ ਸੰਘਣੀ ਹੋਵੇਗੀ ਦੁਪਹਿਰ ਬਾਅਦ ਸ਼ਾਮ ਦੇ ਆਸ-ਪਾਸ ਤੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕਿਆਂ ਫੁਲਕਿਆਂ ਮੀਂਹ ਦੇ ਛਰਾਟ ਜਾਂ ਕਣਮਣ ਜਾਂ ਛੋਟੇ-ਮੋਟੇ ਮੀਂਹ ਦੇ ਸਵੈਲ ਸ਼ੁਰੂ ਹੋ ਜਾਣਗੇ ਹਾਲਾਂਕਿ ਕੋਈ ਬਹੁਤ ਜ਼ਿਆਦਾ ਭਾਰੀ ਤਕੜਮੀ ਪੰਜਾਬ ਵਿੱਚ ਨਹੀਂ ਹੋਵੇਗਾ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੇ ਸਵੈਲ ਦੇਖਣ ਨੂੰ ਜ਼ਰੂਰ ਮਿਲ ਸਕਦੇ ਨੇ ਤੇ ਇਹ ਸਿਸਟਮ ਦੇ ਚੱਲਦੇ 11 ਤਰੀਕ ਸ਼ਾਮ ਤੋਂ ਸੋ so, 13 ਜਨਵਰੀ ਤੱਕ ਰਹਿਣ ਦਾ ਮਤਲਬ ਹੈ ਕਿ ਲਗਾਤਾਰ 2-3 ਦਿਨ ਮੀਂਹ ਨਹੀਂ ਪਵੇਗਾ ਅਵਸਥਾ ਪਾਵੇ ਕਿ ਕਦੇ ਬੱਦਲਵਾਈ ਆ ਗਈ ਮੌਸਮ ਫਿਰ ਥੋੜਾ ਜਿਹਾ ਸਾਫ਼ ਹੋਇਆ ਫਿਰ ਬੱਦਲਵਾਈ ਆ ਕੇ ਹਲਕੇ-ਫੁਲਕੇ ਮੀਂਹ ਦੇ ਛਰਾਟੇ ਪੈਗੇ ਸੋ ਅਜਿਹੀਆਂ ਗਤੀਵਿਧੀਆਂ ਆਪਾਂ ਟਟਮੀ ਰੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਦਿਨਾਂ ਦੌਰਾਨ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਇਹਦੇ ਵਿੱਚ ਜੇਕਰ ਆਪਾਂ ਇਲਾਕਿਆਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਮੇਨ ਤੌਰ ਤੇ ਪੰਜਾਬ ਦੇ ਉੱਤਰੀ ਪੱਛਮੀ ਅਤੇ ਮੱਧ ਪੰਜਾਬ ਤੱਕ ਦੇ ਜੋ ਇਲਾਕੇ ਨੇ ਇਹ ਥੋੜੇ ਜਿਹਾ ਜ਼ਿਆਦਾ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆਉਣਗੇ ਜਿਨ੍ਹਾਂ ਦੇ ਵਿੱਚ ਆਪਾਂ ਮਾਝਾ ਤੇ ਦੋਆਬਾ ਖਾਸ ਤੌਰ ਤੇ ਗਿਣ ਸਕਦੇ ਹਾਂ ਵੀ ਇਨ੍ਹਾਂ ਹਿੱਸਿਆਂ ਵਿੱਚ ਬਾਕੀ ਹਿੱਸਿਆਂ ਦੇ ਮੁਕਾਬਲੇ ਥੋੜੀ ਜਿਹੀ ਜ਼ਿਆਦਾ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਬਿਨਾਂ ਬਾਕੀ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਹਰਿਆਣਾ ਜਾਂ ਰਾਜਸਥਾਨ ਦੇ ਇਲਾਕੇ ਨੇ ਜਾਂ ਪੂਰਬੀ ਇਲਾਕੇ ਨੇ ਇਨ੍ਹਾਂ ਇਲਾਕਿਆਂ ਵਿੱਚ ਵੀ ਮੌਸਮੀ ਹਲਚਲਾਂ ਜ਼ਰੂਰ ਦੇਖਣ ਨੂੰ ਮਿਲਣਗੀਆਂ ਤੇ 13 ਜਨਵਰੀ ਤੱਕ ਸੋ ਕੁੱਲ ਮਿਲਾ ਕੇ ਮੀਂਹ ਦੇ ਛੋਟੇ-ਮੋਟੇ ਸਪੈਲ ਲੱਗਣ ਦੇ ਅਸਾਰ ਨੇ ਕੁਝ ਹਿੱਸਿਆਂ ਵਿੱਚ 11-12 ਨੂੰ ਜੋ ਰਹਿੰਦੇ ਲੱਗੇ ਹੋਣਗੇ ਉਹਨਾਂ ਵਿੱਚ 12 ਜਾਂ 13 ਜਨਵਰੀ ਨੂੰ ਵੀ ਹਲਕੇ-ਹਲਕੇ ਮੀਂਹ ਦੇ ਸਪੈਲ ਲੱਗੇ ਜਾਣਗੇ ਕੁਝ ਹਿੱਸਿਆਂ ਤੱਕ ਦਰਮਿਆਨੇ ਰੂਪ ਦੀ ਬਰਸਾਤ ਦੇਖਣ ਨੂੰ ਮਿਲੇਗੀ ਤੇ ਇਸ ਸਪੈਲ ਦੇ ਦੌਰਾਨ ਜਿਹੜਾ ਜਿਹੜਾ ਸਿਸਟਮ ਆਇਆ ਹੈ ਇਹਦੇ ਨਾਲ ਲਗਭਗ ਪੰਜਾਬ ਦੇ 40 ਤੋਂ ਲੈ ਕੇ 70 ਤੋਂ 80% ਇਲਾਕੇ ਕਵਰ ਹੋ ਸਕਦੇ ਨੇ ਤੇ 20-30% ਇਲਾਕੇ ਜਿਹਾ ਵੀ ਰਹਿਣਗੇ ਜਿਨ੍ਹਾਂ ਵਿੱਚ ਬਰਸਾਤ ਨਹੀਂ ਹੋਵੇਗੀ ਜਾਂ ਫਿਰ ਬਿਲਕੁਲ ਕੁਝ ਹਲਕੀ-ਫੁਲਕੀ ਬੂੰਦਾਬاندی ਸੀਮਤ ਰਹੇਗੀ ਤੇ ਇਹ ਸਿਸਟਮ ਲਗਭਗ 13 ਜਨਵਰੀ ਦੁਪਹਿਰ ਜਾਂ ਸ਼ਾਮ ਦੇ ਆਸ-ਪਾਸ ਤੋਂ ਅੱਗੇ ਨਿਕਲ ਜਾਵੇਗਾ ਉਸ ਤੋਂ ਬਾਅਦ ਫਿਰ 14-15 ਜਨਵਰੀ ਨੂੰ ਮੌਸਮ ਪੰਜਾਬ ਦਾ ਸਾਫ਼ ਹੋ ਜਾਵੇਗਾ ਤੋ ਇਹਦੇ ਵਿੱਚ ਹੁਣ ਹਵਾਵਾਂ ਦੀ ਗੱਲ ਕਰੀਏ ਤਾਂ 11 ਤਰੀਕ ਨੂੰ ਪੱਛਮੀ ਹਵਾਵਾਂ ਹੀ ਚੱਲਣਗੀਆਂ ਲਗਭਗ 11 ਦੀ ਦੁਪਹਿਰ ਸ਼ਾਮ ਦੇ ਆਸ-ਪਾਸ ਤੋਂ ਪੂਰਬੀ ਹਵਾਵਾਂ ਦੀ ਵਾਪਸੀ ਹੋ ਜਾਵੇਗੀ ਤੇ 12 ਤੇ 13 ਨੂੰ ਲਗਾਤਾਰ ਪੂਰਬੀ ਹਵਾਵਾਂ ਦਰਮਿਆਨੇ ਪੱਧਰ ਦੇ ਰਫ਼ਤਾਰ ਤੇ ਪੰਜਾਬ ਦੇ ਵਿੱਚ ਵਗਦੀਆਂ ਰਹਿਣਗੀਆਂ ਤੇ 14 ਤਰੀਕ ਤੋਂ ਜਦੋਂ ਇਹ ਸਿਸਟਮ ਅੱਗੇ ਨਿਕਲ ਗਿਆ ਫਿਰ ਪੱਛਮੀ ਹਵਾਵਾਂ ਦੀ ਵਾਪਸੀ ਹੋ ਜਾਵੇਗੀ ਸੋ ਪਹਾੜਾਂ ਵਾਲੇ ਕਿਆਂ ਵਿੱਚ ਜੋ ਤਾਜ਼ਾ ਭਾਰੀ ਬਰਫ ਬਾਰੀ ਹੋਈ ਹੋਵੇਗੀ ਤਾਂ ਉਸ ਤੋਂ ਬਾਅਦ ਜਦੋਂ ਸ਼ੀਤ ਹਵਾਵਾਂ ਦੀ ਵਾਪਸੀ ਪੱਛਮੀ ਉੱਤਰ ਪੱਛਮੀ ਪੰਜਾਬ ਵੱਲ ਹੋਵੇਗੀ ਤਾਂ ਉਸ ਤੋਂ ਬਾਅਦ ਇੱਕ ਵਾਰ ਫਿਰ ਲਗਭਗ ਆਪਾਂ ਨੂੰ 15 ਤੋਂ 20 ਦੌਰਾਨ ਕੜਾਕੇ ਦੀ ਸਰਦੀ ਦਾ ਦੌਰ ਦਾ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪਰ ਫਿਲਹਾਲ ਹੁਣ 12 13 ਜਨਵਰੀ ਦਰਮਿਆਨ ਕੁਝ ਟੈਂਪਰੇਚਰ ਘੱਟੋ ਘੱਟ ਟੈਂਪਰੇਚਰ ਨੇ ਉਹ 2 4 ਡਿਗਰੀ ਵਧਣਗੇ ਜੋ ਟੈਂਪਰੇਚਰ ਰਾਤ ਦੇ 4 5 ਡਿਗਰੀ ਸੀ ਉਹ ਲਗਭਗ 8 ਤੋਂ 10 ਤੱਕ ਪਹੁੰਚ ਜਾਣਗੇ ਸੋ ਅਸਥਾਈ ਰੂਪ ਵਿੱਚ 2 3 ਦਿਨਾਂ ਲਈ ਕੁਝ ਸਰਦੀ ਤੋਂ ਰਾਹਤ ਮਿਲੇਗੀ ਤੇ ਨਾਲ ਹੀ ਮੀਹ ਦੇ ਸਵੈਲ ਵੀ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਅਗਲੀ ਅਪਡੇਟ ਸਮਾਂ ਮਿੰਟ ਤੇ ਅਗਲੀ ਜਾਣਕਾਰੀ ਅਗਲੇ ਦਿਨਾਂ ਵਿੱਚ ਜ਼ਿਲ੍ਹਿਆਂ ਦੇ ਹਿਸਾਬ ਨਾਲ ਜੋ ਹੋਰ ਵੀ ਨਵੀਂ ਅਪਡੇਟ ਮਿਲੇਗੀ ਉਸ ਸਮੇਂ ਸਮੇਂ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ